ਕੱਟ ਹੋਏ ਆ, ਉਧਰ ਕੰਡੇ ਆ, ਉਧਰ ਰਾਸਤੇ 'ਚ ਪੱਥਰ ਆ। ਇਸ ਲਈ ਤੁਹਾਨੂੰ ਚਕੰਨਾ ਕਰਦਾ ਪਿਆ ਵੀ ਸਹੀ ਵੇ ਤੇ ਚੱਲੋ, ਸਹੀ ਰਾਸਤੇ ਤੇ ਚੱਲੋ, ਸਹੀ ਤਰੀਕੇ ਨਾਲ ਚੱਲੋ, ਫਿਰ ਹੀ ਪਰਮੇਸ਼ਵਰ ਪ੍ਰਸੰਨ ਆ, ਫਿਰ ਤੁਹਾਡੀ ਜ਼ਿੰਦਗੀ ਬਦਲੇਗੀ, ਹਾਲਾਤ ਬਦਲਣਗੇ, ਪਰਿਵਾਰ ਬਦਲਣਗੇ। ਪਰਮੇਸ਼ਵਰ ਤੁਹਾਡੀ ਜ਼ਿੰਦਗੀ ਨੂੰ ਤਬਦੀਲ ਕਰੂਗਾ ਜਦੋਂ ਪ੍ਰਾਰਥਨਾ ਕਰੋਗੇ, ਪਰਮੇਸ਼ਵਰ ਨਾਲ ਸੰਬੰਧ ਬਣਾਓਗੇ। ਹਾਲੇਲੂਯਾ। ਅੱਜ ਬਹੁਤ ਸਾਲ ਹੋ ਗਏ ਸਾਨੂੰ ਮੰਨਦੇ ਨੂੰ ਪਰਮੇਸ਼ਵਰ ਦੇ ਨਾਲ, ਤੇ ਪਰ ਸਮਾਂ ਨਹੀਂ ਪਰਮੇਸ਼ਵਰ ਨਾਲ ਬਿਤਾਇਆ। ਕੋਈ ਇੱਕ ਵੀ ਪਰਸਨ ਹੱਥ ਖੜਾ ਕਰੇ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ 40 ਦਿਨ 40 ਰਾਤਾਂ ਫਾਸਟ ਰੱਖੇ ਹੋਣ, ਕਦੀ ਕੁਛ ਖਾਧਾ ਪੀਤਾ ਨਾ ਹੋਵੇ, ਅਤੇ ਦਿਨ ਦੇ ਵਿੱਚ 2.5 ਘੰਟੇ ਤੋਂ ਪਹਿਲਾਂ ਜ਼ਿਆਦਾ ਦੁਆ ਕੀਤੀ ਹੋਵੇ, ਕਿਉਂਕਿ ਸਿਖਾਇਆ ਹੀ ਨਹੀਂ ਗਿਆ ਦੁਆ। ਅੱਜ ਅਸੀਂ ਇਹਨੂੰ ਦੁਆ ਸਮਝਦੇ ਹਾਂ, ਪ੍ਰਭੂ ਯਿਸੂ ਮਸੀਹ ਜੀ ਮੇਰੀ ਰੋਟੀ ਪਕਾਉਣ 'ਚ ਮਦਦ ਸਾਡਾ ਕਰਿਓ, ਪ੍ਰਭੂ ਯਿਸੂ ਮਸੀਹ ਜੀ ਸਾਡਾ ਘਰ ਬਣਨ 'ਚ ਮਦਦ ਕਰਿਓ, ਪ੍ਰਭੂ ਯਿਸੂ ਮਸੀਹ ਜੀ ਕਰਜ਼ਾ ਉਤਰਨ 'ਚ ਮਦਦ। ਇਹ ਦੁਆ ਨਹੀਂ ਹੈ, ਇਹ ਦੁਆ ਨਹੀਂ ਹੈ, ਇਹ ਦੁਆ ਨਹੀਂ ਹੈ, ਡਿਮਾਂਡ ਹੈ, ਡਿਮਾਂਡ। ਦੁਆ ਇਹ ਆ, ਪਰਮੇਸ਼ਵਰ ਮੈਨੂੰ ਵੀ ਇਸਤੇਮਾਲ ਕਰ, ਮੈਂ ਤੇਰੇ ਕੀ ਕੰਮ ਕਰਾਂ। ਯੂਜ਼ ਕਰ, ਇਸਤੇਮਾਲ ਕਰ। ਹਾਲੇਲੂਯਾ, ਹਾਲੇਲੂਯਾ। ਇਹ ਆ ਪ੍ਰਾਰਥਨਾ ਜਿਹੜੀ ਅੱਜ ਵਿਸ਼ਵਾਸੀ ਕਰਨਾ ਨਹੀਂ ਚਾਹੁੰਦਾ। ਅੱਜ ਐਕਸਕਿਊਜ਼ ਰੱਖਦਾ, ਮੈਂ ਜੀ ਡਰਾਈਵਰਿੰਗ ਕਰਦਾ ਮੈਂ ਤੋਂ ਸਮਾਂ ਨਹੀਂ ਲੱਗਦਾ, ਮੈਂ ਜੀ ਰਾਜ ਮਿਸਤਰੀ ਦਾ ਕੰਮ ਕਰਦਾ ਮੈਂ ਤੋਂ 2.5 ਘੰਟੇ ਤਾਂ ਨਹੀਂ ਨਿਕਲਦੇ। ਉਹ ਸਾਰੀ ਜ਼ਿੰਦਗੀ ਕੰਮ ਹੀ ਕੰਮ ਹੀ ਕੰਮ ਹੀ ਕੰਮ ਹੀ ਕੰਮ ਹੀ। ਜੇ ਸਮਝੇ ਤੋਂ ਕੰਮ ਦਾ ਹਿਸਾਬ ਨਹੀਂ ਲੈਣਾ। ਹਾਂ ਵੀ ਕਿੰਨੀਆਂ ਕੋਠੀਆਂ ਬਣਾ ਕੇ ਆਇਆ, ਕਿੰਨੀਆਂ ਗੱਡੀਆਂ ਚਲਾ ਕੇ ਆਇਆ, ਕਿੰਨੇ ਦੇਸ਼ ਘੁੰਮ ਕੇ ਆਇਆ, ਕਿੰਨਾ ਸਮਾਂ ਮੇਰੇ ਨਾਲ ਬਿਤਾ ਕੇ ਆਇਆ, ਕਿਉਂ ਜੀ ਇਹ ਪੁੱਛਣਾ। ਜੇ ਸੁਣਤੀ ਨੇ ਇਹ ਨਹੀਂ ਪੁੱਛਣਾ ਕਿ ਮੈਂ ਆਹ ਪ੍ਰੋਜੈਕਟ ਬਣਾਤਾ, ਮੈਂ ਆਹ ਕਰਤਾ, ਮੈਂ ਉਹ ਕਰਤਾ, ਮੈਂ ਇੱਦਾਂ ਕਰਦੀ ਉੱਦਾਂ ਕਰਦੀ, ਜੀ ਸਾਡਾ ਤਾਂ ਕੰਮ ਹੀ ਬੜਾ ਔਖਾ, ਮੇਰੇ ਤੋਂ ਦੁਆ ਨਹੀਂ ਹੁੰਦੀ। ਅਤੇ ਜੇ ਸੁਣਦੀ ਨੇ ਕਹਿਣਾ ਲੈ ਫੜ ਪੇ ਵਿਹਲਾ ਹੋ ਕੇ ਬਹਿ ਜਾ, ਫਿਰ ਤਾਂ ਦੁਖੀ। ਮੈਂ ਕਿਸੇ ਦਾ ਲਿਹਾਜ਼ ਨਹੀਂ ਉਹ ਕਰਦਾ ਮੇਰੇ ਭੈਣੋ ਅਤੇ ਭਰਾਵੋ, ਭਾਵਾਂ ਮੇਰੇ ਬਾਪੂ ਜੀ ਹੁਣ, ਉਹਨਾਂ ਨੂੰ ਵੀ 2.5 ਘੰਟੇ ਬਿਤਾਉਣੇ ਪੈਂਦੇ ਆ ਚਰਚ 'ਚ ਆ ਕੇ। ਹਾਲੇਲੂਯਾ, ਹਾਲੇਲੂਯਾ। ਬੈਠੇ ਕੁਰਸੀ ਦੇ ਉੱਤੇ ਆ ਕੇ, ਜਦੋਂ ਆਉਂਦੇ ਆ ਕੰਮ ਤੋਂ 4 ਵਜੇ ਸਕੂਲੋਂ, ਕਿੰਨੇ ਵਜੇ ਆਉਂਦੇ ਆ, 4 ਵਜੇ ਆਉਂਦੇ ਆ ਸਕੂਲੋਂ, 4 ਵਜੇ ਰੋਟੀ ਪਾਣੀ ਖਾ ਕੇ ਕੱਪੜੇ ਬਦਲ ਕੇ ਚਲੋ ਜੀ ਡੈਡੀ ਜੀ ਚਰਚ 'ਚ, ਅਤੇ ਡੈਡੀ ਜੀ ਆ ਜਾਂਦੇ ਇੱਥੇ ਬਹਿ ਜਾਂਦੇ, ਅਤੇ ਇਹਨਾਂ ਦੇ ਨਾਲ ਇੱਕ ਸਿਸਟਰ ਮਾਰਥਾ ਜੀ, ਉਹ ਵੀ ਪ੍ਰੇਅਰ ਕਰਦੇ ਆ, ਫਿਰ ਭਾਈ ਸੇਠ ਜੀ ਇਹ ਵੀ ਪ੍ਰੇਅਰ ਕਰਦੇ ਆ। ਇਹ 2.5 ਘੰਟੇ ਇੱਕ ਬਿਸ਼ਪ ਸਾਹਿਬ ਹੋਣ ਦੇ ਨਾਤੇ ਉਹਨਾਂ ਨੂੰ ਵੀ 2.5 ਘੰਟੇ ਬੀਜਣੇ ਪੈਂਦੇ ਆ। ਇਹ ਨਹੀਂ ਵੀ ਸ਼ਾਇਦ ਮੈਂ ਬਿਸ਼ਪ, ਮੈਨੂੰ ਦੁਆ ਨਹੀਂ ਕਰਨੀ ਪਊ, ਫਿਰ ਤੁਸੀਂ ਕਿੱਦਾਂ ਸਮਝ ਲੈਂਦੇ ਆ ਵੀ ਮੈਂ ਰਾਜ ਮਿਸਤਰੀ ਹਾਂ, ਮੈਂ ਉਹ ਮਿਸਤਰੀ, ਮੈਂ ਆਹ ਡਰਾਈਵਰ, ਮੈਂ ਉਹ ਵਾ, ਮੈਂ ਆਹ ਕੰਮ ਕਰ, ਮੈਂ ਕਾਰਪੈਂਟਰ ਹਾਂ, ਵੀ ਮੈਨੂੰ ਦੁਆ ਦੀ ਲੋੜ ਨਹੀਂ। ਉਹ ਤੁਹਾਨੂੰ ਵੀ 2.5 ਘੰਟੇ ਬੀਜਣੇ ਪੈਣੇ ਆ ਪਰਸਨਲੀ ਪਰਮੇਸ਼ੁਰ ਨਾਲ। ਜੇ ਸਵਰਗ 'ਚ ਜਾਣਾ, ਜੇ ਮੁਕਤੀ ਪਾਉਣੀ ਆ, ਉਧਾਰ ਪਾਉਣਾ ਵਾ, ਜੇ ਪੜ੍ਹਾਈ ਕਰ ਸਕਦੇ ਆ ਘਰਾਂ ਜਾ ਕੇ, ਤਾਂ ਪ੍ਰਾਰਥਨਾ ਵੀ ਕਰੋ 2.5 ਘੰਟੇ ਪਰਸਨਲ ਬੈਠ ਕੇ, ਤਾਰੀਫ ਕਰੋ ਯਿਸੂ ਮਸੀਹ ਦੇ ਲਈ। ਅੱਜ ਭੈਣਾਂ ਤੋਂ ਬਹਾਨੇ ਬਹੁਤ ਮੇਰੇ ਜੀ, ਗੋਡੇ ਦੁਖਦੇ, ਮੈਂ ਤਾਂ ਨਹੀਂ ਜ਼ਿਆਦੀ ਦੇਰ ਬਹਿ ਸਕਦੀ, ਅਤੇ ਚੁਗਲੀਆਂ ਕਰਦੇ ਭਾਵਾਂ ਸਾਰਾ ਦਿਨ ਨੰਘਾ ਦੇਣ, ਟੀ ਵੀ ਮੂਹਰੇ ਭਾਵਾਂ ਸਾਰਾ ਦਿਨ ਨੰਘਾ ਦੇਣ, ਉਹ ਬਹਾਨੇ ਛੱਡ ਦਿਓ, ਅਤੇ ਬਹਾਨਿਆਂ ਨੇ ਇੱਥੇ ਹੀ ਰਹਿ ਜਾਣਾ। ਜਿਸ ਮਸੀਹ ਨੇ ਤੁਹਾਡੇ ਤੋਂ ਹਿਸਾਬ ਲੈਣਾ ਵੀ ਮੇਰੇ ਨਾਲ ਕਿਹੜਾ ਸਮਾਂ ਬਿਤਾਇਆ ਸੀ, ਮੇਰੇ ਨਾਲ ਕਿਹੜਾ। ਇਸੇ ਤਰ੍ਹਾਂ ਨੌਜਵਾਨਾਂ ਤੋਂ ਪਰਮੇਸ਼ੁਰ ਨੇ ਸਮਾਂ ਲੈਣਾ। ਉਹ ਯਾਰ ਹੁਣ ਜਿਸ ਮਸੀਹ ਨੇ ਕਹਿਣਾ ਰਾਤ ਨੂੰ ਸੌਣ ਤੋਂ ਪਹਿਲਾਂ ਤੈਨੂੰ ਦੁਆ ਕਰਨੀ ਚਾਹੀਦੀ ਸੀਗੀ ਬੈਠ ਕੇ, ਤੂੰ ਸੌਣ ਤੋਂ ਪਹਿਲਾਂ ਫੇਸਬੁੱਕ ਦੇਖਦਾ ਮੇਰੀ ਫੋਟੋ ਨੂੰ ਕਿੰਨੇ ਲਾਈਕ ਆਏ ਆ, ਮੇਰੀ ਫੋਟੋ ਥੱਲੇ ਕਿੰਨੇ ਕਮੈਂਟ ਆਏ ਆ। ਕਈ ਤਾਂ ਕਈ ਕੁੜੀਆਂ ਆਪਣੀਆਂ ਫੋਟੋ ਮੂੰਹ ਪਿੰਗੇ ਸਿੱਧੇ ਕਰਕੇ, ਰੱਬ ਨੇ ਚੰਗਾ ਭਲਾ ਤੇਰਾ ਮੂੰਹ ਬਣਾਇਆ, ਪਿੰਗਾ ਕਰਨ ਦੀ ਕੀ ਲੋੜ ਸੀ। ਅਤੇ ਜੇ ਸਮਝੇ ਅੱਡੋ ਪਿੰਗਾ ਕਰ ਲਿਆ ਫੇ, ਫਿਰ ਨਾਲੇ ਪਾਤਸ਼ਾਹ ਵੀ ਇੱਦਾਂ, ਤੂੰ ਮੂੰਹ ਵੀ ਇੱਦਾਂ ਹੋ ਜਾਣਾ, ਫਿਰ ਫੇਸਬੁੱਕ 'ਤੇ ਪਾਈ, ਫਿਰ ਉਹਨਾਂ ਕਹਿਣਾ ਹਾਏ ਹਾਥ ਨਹੀਂ, ਤੇਰਾ ਮੂੰਹ ਕਿੰਨਾ ਭੈੜਾ ਹੋ ਗਿਆ। ਹੈਗੀਆਂ ਬੀਬੀਆਂ ਇੱਥੇ, ਬੇਟੀਆਂ ਮੂੰਹ ਬਿੰਗੇ ਸਿੱਧੇ ਕਰਕੇ ਪਾਉਂਦੀਆਂ ਹੁੰਦੀਆਂ ਜਿਹੜੀਆਂ, ਵੀ ਖਰੇ ਮੈਂ ਕਿੰਨੀ ਸੋਹਣੀ ਲੱਗਦੀ ਹਾਂ। ਇਹ ਮੂੰਹ ਬਿੰਗੇ ਸਿੱਧੇ ਕਰਨਾ ਸੋਹਣੇ ਨਹੀਂ ਉਹ ਬਣਦੇ। ਯਿਸੂ ਮਸੀਹ ਦਾ ਜਦੋਂ ਅੰਦਰ ਵਚਨ, ਉਹਦਾ ਪਵਿੱਤਰ ਆਤਮਾ ਆ ਜਾਊ, ਤੇ ਤੁਸੀਂ ਸੋਹਣਿਆਂ ਦੇ ਸੋਹਣੇ ਬਣ ਜਾਓਗੇ। ਯਿਸੂ ਕੇ ਸਮਰਥੀ ਨਾਮ ਹੈ, ਆਮੇਨ, ਹਾਲੇਲੂਯਾ, ਹਾਲੇਲੂਯਾ। ਫਿਰ ਤੁਸੀਂ ਧਰਤੀ ਦੇ ਕੀ ਬਣ ਜਾਓਗੇ, ਚਾਨਣ ਬਣ ਜਾਓਗੇ, ਚਮਕੂਗੇ ਤੁਸੀਂ, ਜਗਤ ਦਾ ਚਾਨਣ ਹੋ, ਫਿਰ ਚਮਕੂਗੇ ਜਦੋਂ ਪ੍ਰਾਰਥਨਾ ਕਰੋਗੇ, ਅੰਦਰ ਤੁਹਾਡੇ ਵਚਨ ਜਾਊਗਾ, ਤੁਹਾਡਾ ਜੀਵਨ ਬਦਲ ਜਾਊਗਾ। ਫਿਰ ਤੁਹਾਨੂੰ ਦੱਸਣ ਦੀ ਲੋੜ ਨਹੀਂ, ਇਹ ਲਾਈਟ ਨੂੰ ਦੱਸਣ ਦੀ ਲੋੜ ਨਹੀਂ ਵੀ ਮੈਂ ਜਗਦੀ ਹਾਂ, ਕਿਉਂਕਿ ਦੂਜੇ ਲੋਕਾਂ ਨੂੰ ਲਾਈਟ ਜਗਦੀ ਹੋਈ ਨਜ਼ਰ ਆਉਂਦੀ ਆ, ਫਿਰ ਤੁਸੀਂ ਜਗਦੇ ਹੋਏ ਨਜ਼ਰ ਆਉਂਗੇ, ਤੁਸੀਂ ਚਮਕੂਗੇ ਜਦੋਂ ਵਚਨ ਦੇ ਅੰਦਰ ਆਊਗਾ, ਪਰਮੇਸ਼ਵਰ ਦੀ ਸਮਰੱਥਾ ਆਊਗੀ, ਚਮਕੂਗੇ ਪਰਮੇਸ਼ਵਰ ਦੇ ਵਚਨ ਦੇ ਨਾਲ। ਚਮਕੂਗੇ ਫਿਰ ਪਰਮੇਸ਼ਵਰ ਦੇ ਵਚਨ ਦੇ ਨਾਲ ਤੁਸੀਂ, ਫਿਰ ਗੋਰੀ ਚਮੜੀ ਨਹੀਂ ਚਮਕਾਉਂਦੀ, ਫਿਰ ਭਾਵੇਂ ਤੁਸੀਂ ਕਾਲੇ ਰੰਗ ਦੇ ਕਿਉਂ ਨਾ ਹੋਵੇ,
ਤਾਂ ਵੀ ਚਮਕੂਗੇ ਯਿਸੂ ਦੇ ਸਮਰਥ ਦੇ ਨਾਲ। ਹਾਲੇਲੂਇਆ ਹਾਲੇਲੂਇਆ। ਹੁਣ ਮੈਂ ਦੇਖੋ ਕਿੰਨਾ ਕਾਲਾ ਪਰ ਚਮਕ ਰਿਹਾ ਕਿ ਨਹੀਂ ਚਮਕ ਰਿਹਾ। ਹਾਲੇਲੂਇਆ ਹਾਲੇਲੂਇਆ। ਮੈਨੂੰ ਯਿਸੂ ਮਸੀਹ ਨੇ ਚਮਕਾਇਆ, ਮੈਂ ਵੀ ਖੋਟਾ ਸਿੱਕਾ ਸੀ, ਮੇਰਾ ਨਾਮ ਸੀਗਾ ਖੋਟਾ ਸਿੱਕਾ, ਬਿਸ਼ਪ ਸਾਹਿਬ ਨੇ ਮੇਰਾ ਨਾਮ ਰੱਖਿਆ ਸੀਗਾ ਮੇਰੀ ਮੰਮੀ ਜੀ ਨੇ ਖੋਟਾ ਸਿੱਕਾ। ਮੈਂ ਦੇਖੋ ਪਰਮੇਸ਼ੁਰ ਦਾ ਧੰਨਵਾਦ ਕਰਦਾ, ਮੇਰੇ ਮਾਂ ਬਾਪ ਨੇ ਦੁਆਵਾਂ ਕੀਤੀਆਂ, ਡੈਡੀ ਮੇਰੇ ਰੋ ਰੋ ਕੇ ਦੁਆਵਾਂ ਕਰਦੇ। ਜਦੋਂ ਨਾ ਗੱਲਾਂ ਕਰਦੇ ਹੁੰਦੇ ਸੀ ਲੋਕੀ, ਪਾਸਟਰ ਦਾ ਮੁੰਡਾ ਇੱਦਾਂ ਕਰਦਾ, ਪਾਸਟਰ ਦਾ ਮੁੰਡਾ ਉਹ ਕਰਦਾ, ਪਾਸਟਰ ਦਾ ਮੁੰਡਾ ਉਹ ਕਰਦਾ, ਡੈਡੀ ਨੇ ਕਿ ਮੈਨੂੰ ਨਹੀਂ ਡਾਂਟਿਆ ਨਾ ਮੈਨੂੰ ਮਾਰਿਆ ਕੁੱਟਿਆ, ਡੈਡੀ ਨੇ ਜਾਣਾ ਕਮਰੇ 'ਚ ਬਹਿ ਕੇ ਦੁਆ ਕਰਨੀ, ਪਰਮੇਸ਼ੁਰ ਜੀ ਇਸ ਬਦਨਾਮੀ ਤੋਂ ਸਾਨੂੰ ਬਚਾ। ਮੇਰੀ ਮਾਂ ਨੇ ਵੀ ਰੋਣਾ, ਮੇਰੀ ਵਾਈਫ ਨੇ ਵੀ ਰੋਣਾ ਵੀ ਪ੍ਰਭੂ ਜੀ ਸਾਨੂੰ ਇਸ ਬਦਨਾਮੀ ਤੋਂ ਬਚਾ, ਇਹ ਖੋਟੇ ਸਿੱਕੇ ਨੂੰ ਚਲਾ। ਉਹ ਇਹ ਖੋਟਾ ਸਿੱਕਾ ਜਦੋਂ ਚੱਲਿਆ ਦੂਜੇ ਸਿੱਕੇ ਨਾਲੋਂ, ਸੋਨੇ ਦੇ ਸਿੱਕੇ ਨਾਲੋਂ ਵੀ ਜ਼ਿਆਦਾ ਚੱਲ ਰਿਹਾ ਅੱਜ, ਇਹ ਖੋਟਾ ਸਿੱਕਾ ਚੱਲ ਰਿਹਾ। ਦੇਖੋ ਕਮਾਈਆਂ ਖੋਟੇ ਸਿੱਕੇ ਦੀਆਂ, ਖੋਟੇ ਸਿੱਕੇ ਦੀਆਂ ਕਮਾਈਆਂ ਦੇਖੋ ਅੱਜ ਪਰਮੇਸ਼ੁਰ ਕਿੱਦਾਂ ਕਰ ਰਿਹਾ। ਇਹ ਜਦੋਂ ਖੋਟਾ ਸਿੱਕਾ ਚੱਲਦਾ, ਜਦੋਂ ਖੋਟਾ ਸਿੱਕਾ ਚੱਲਦਾ ਤੇ ਦੂਜੇ ਦੁਨੀਆ ਦੇ ਜਿਹੜੇ ਅਨਮੋਲ ਅਨਮੋਲ ਮੋਤੀ ਉਹ ਵੀ ਫੇਲ ਹੋ ਜਾਂਦੇ ਆ। ਹਾਲੇਲੂਇਆ 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 ਹਾਲੇਲੂਇਆ। ਬੜਾ ਮੈਂ ਆਪਣੀ ਮੰਮੀ ਜੀ ਨੂੰ ਤੰਗ ਕੀਤਾ, ਬਹੁਤ ਤੰਗ ਕੀਤਾ। ਆਪਣੀ ਮੰਮੀ ਦਾ ਦਿਲ ਹੀ ਮੈਂ ਜ਼ਖਮਾਂ ਨਾਲ ਭਰ ਦਿੱਤਾ। ਅੱਜ ਮਦਰ ਡੇ ਹੈ ਨਾ, ਮਦਰ ਡੇ ਅੱਜ ਮਾਂ ਦਾ ਦਿਨ ਹੈ। ਮਾਂ ਨੂੰ ਮੈਂ ਆਪਣੇ ਗਲਤੀਆਂ ਨਾਲ, ਮਾੜੇ ਚੰਗੇ ਕੰਮਾਂ ਦੇ ਨਾਲ ਮੰਮੀ ਦਾ ਦਿਲ ਜ਼ਖਮਾਂ ਨਾਲ ਭਰ ਦਿੱਤਾ, ਜ਼ਖਮਾਂ ਨਾਲ ਪਾਤਾ। ਮੇਰੀ ਮੰਮੀ ਜੀ ਪਾਗਲ ਹੋ ਗਏ ਸੀਗੇ, ਇਹਨਾਂ ਦੀਆਂ ਪੁੜਪੜੀਆਂ 'ਚ ਟੀਕੇ ਲੱਗਦੇ ਸੀਗੇ। ਮੈਂ ਕੰਮ ਹੀ ਇੰਨੇ ਗੰਦੇ ਕਰਦਾ ਸੀਗਾ, ਮੈਂ ਚੱਲਦਾ ਹੀ ਇੰਨਾ ਮਾੜਾ ਸੀਗਾ। ਇੱਥੇ ਚਰਚ 'ਚ ਵੀ ਮੈਂ ਆਉਂਦਾ ਸੀਗਾ, ਛਣ 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 ਕਰਨ ਵਾਲਾ ਕੀ ਸੀਗਾ? ਛੈਣਾ ਸੀਗਾ। ਸੁਣੀ ਜਾਇਓ ਹੁਣ, ਛਣ ਛਣ ਕਰਨ ਵਾਲਾ ਕੀ ਸੀਗਾ? ਛੈਣਾ ਸੀਗਾ। ਅਤੇ ਮੇਰੇ ਮਾਂ ਬਾਪ ਦਾ ਦਿਲ ਇੰਨਾ ਕੁ ਦੁਖੀ ਰਹਿੰਦਾ ਸੀਗਾ, ਕਰੀ ਵਾਰੀ ਇਹਨਾਂ ਨੇ ਇੰਨਾ ਕੁ ਸੋਚਣਾ ਵੀ ਇਹਨੂੰ ਬੇਦਖਲੀ ਕਰ ਦਈਏ, ਘਰੋਂ ਕੱਢ ਦਈਏ, ਇਹਨਾਂ ਨੇ ਫੇਰ ਡਰਨਾ ਕਿਤੇ ਮਾਰੀ ਨਾ ਜਾਵੇ। ਮੈਂ ਵੀ ਕਈ ਵਾਰੀ ਤਾਂ ਕੋਸ਼ਿਸ਼ ਕੀਤੀ ਮਾਰੀ ਜਾਣਾ, ਮੈਂ ਲੜ ਕੇ ਘਰ ਦੇਣਾ, ਕਹਿਣਾ ਘਰ ਵਾਲੀ ਨਾਲ ਲੜ ਕੇ, ਕਹਿਣਾ ਮੈਂ ਮਾਰੀ ਜਾਣਾ, ਮੈਂ ਆਪਣੇ ਆਪ ਨੂੰ ਖਤਮ ਹੀ ਕਰ ਲੈਣਾ। ਪਰ ਦੇਖੋ ਪਰਮੇਸ਼ੁਰ ਦੀ ਜ਼ਿੰਦਗੀ ਦੇ ਵਿੱਚ ਸਾਡੀ ਯੋਜਨਾ ਬਣਾਈ ਹੁੰਦੀ ਆ। ਮੇਰੇ ਮਾਂ ਬਾਪ ਨੇ ਦੁਆਵਾਂ ਕੀਤੀਆਂ, ਪ੍ਰਾਰਥਨਾਵਾਂ ਕੀਤੀਆਂ, ਇਹਨਾਂ ਨੇ ਡਰਦਿਆਂ ਨੇ ਮੈਨੂੰ ਦੁਬਈ ਭੇਜ ਦਿੱਤਾ ਅਤੇ ਮੇਰੀ ਮੰਮੀ ਜੀ ਹੋ ਗਏ ਸੀਗੇ ਪਾਗਲ। ਇਹਨਾਂ ਦੇ ਦਿਮਾਗ ਦੀਆਂ ਪੁੜਪੜੀਆਂ ਦੇ ਵਿੱਚ ਐਡੀ ਸੂਈ ਲੱਗਦੀ ਸੀਗੀ, ਪੁੜਪੜੀ ਦੇ ਵਿੱਚ ਲੋਕ ਸੁਣਿਆ ਨਹੀਂ ਹੋਊਗਾ ਤੁਸੀਂ, ਪੁੜਪੜੀਆਂ 'ਚ ਟੀਕੇ ਲੱਗਦੇ ਸੀ ਇਹਨਾਂ ਦੇ ਪੁੜਪੜੀਆਂ, ਇਹਨਾਂ ਦੀਆਂ ਨਾੜਾਂ ਬਲੌਕ ਹੋ ਗਈਆਂ ਹੈਗੀਆਂ ਕਿਉਂਕਿ ਮੈਂ ਜਦੋਂ ਇੱਕ ਵਾਰੀ ਲੜ ਪਿਆ ਸੀ ਮੈਂ ਘਰੇ ਅਤੇ ਮੰਮੀ ਮੇਰੇ ਨੇ ਉੱਚੀ ਆਵਾਜ਼ ਨਾਲ ਮੈਨੂੰ ਦਬਕਾ ਮਾਰਿਆ, ਮੈਨੂੰ ਤਾਂ ਮਾਰਨ ਲੱਗੇ, ਇਹਨਾਂ ਦਾ ਬਾਥਰੂਮ ਨਿਕਲ ਗਿਆ, ਸਰੀਰ ਠੰਡਾ ਹੋ ਗਿਆ, ਇਹਨਾਂ ਨੂੰ ਅਟੈਕ ਹੋ ਗਿਆ ਦਿਮਾਗ ਦੇ ਨਾਲ। ਇਹਨਾਂ ਸੁੱਤੇ ਰਹਿਣਾ, ਜਦੋਂ ਕਿਸੇ ਦਾ ਰਿਸ਼ਤੇਦਾਰ ਦਾ ਫੋਨ ਆਉਣਾ ਜੀ ਮੰਮੀ ਕਿੱਥੇ ਆ, ਤੁਹਾਡੀ ਮੰਮੀ ਕਿੱਥੇ ਜੀ, ਉਹ ਸੁੱਤੇ ਹੋਏ ਆ। ਦਿਨ ਨੂੰ ਵੀ ਸੁੱਤੇ ਰਹਿਣਾ, ਰਾਤ ਨੂੰ ਵੀ ਸੁੱਤੇ, ਡਾਕਟਰ ਨੇ ਗੋਲੀਆਂ ਦਿੱਤੀਆਂ, ਰੈਸਟ ਹੀ ਕਰੀ ਜਾਓ, ਰੈਸਟ ਹੀ ਕਰਾਉਂਦੇ ਰਹੇ, ਰੈਸਟ ਹੀ ਕਰਾਉਂਦੇ। ਨੀਲ ਹੋਸਪਿਟਲ ਵਿੱਚ ਜਲੰਧਰ ਘੁਮਾ ਲਿਆ, ਸਾਰੀ ਸਕੈਨਿੰਗ ਕਰਾ ਲਈ, ਪੂਰੀ ਫੁੱਲ ਬਾਡੀ ਦੀ, ਕੁਝ ਵੀ ਨਹੀਂ ਆ ਵੀ ਨਾੜਾਂ ਬਲੌਕ ਆ ਵੀ ਇਹ ਸਿਰ ਦਾ ਪੋਰਸ਼ਨ ਡੈਡ ਹੋ ਗਿਆ, ਸਿਰ ਦਾ ਚਿਪ ਪਿਲ ਪਿਲ ਕਰਨ ਲੱਗ ਪਏ, ਸਿਰ ਅੰਦਰ ਨੂੰ ਉਂਗਲਾਂ ਪੈ ਜਾਂਦੀਆਂ ਹੁੰਦੀਆਂ, ਇੰਨਾ ਮਤਲਬ ਨਰਮ ਹੋ ਗਿਆ ਸਿਰ ਇਹਨਾਂ ਦਾ। ਮੇਰੀ ਖਾਤਰ ਮੈਨੂੰ ਦੁਬਈ ਭੇਜ ਦਿੱਤਾ। ਜਦੋਂ ਮੈਨੂੰ ਦੁਬਈ ਭੇਜਤਾ, ਮੈਂ ਘਰੋਂ ਲੜ ਕੇ ਚਲਾ ਗਿਆ। ਮੈਂ ਇਹ ਸੋਚਿਆ ਵੀ ਮੈਂ ਦੁਬਈ 'ਚ ਆਉਣਾ ਹੀ ਨਹੀਂ ਆ ਅਤੇ ਮੈਂ ਇਹਨਾਂ ਨੂੰ ਦੱਸਣਾ ਵੀ ਨਹੀਂ, ਜਿਵੇਂ ਇੰਡੀਆ 'ਚ ਵੀ ਆਇਆ ਮੈਂ ਇਹਨਾਂ ਨੂੰ ਦੱਸਣਾ ਵੀ ਨਹੀਂ, ਮੈਂ ਘਰੋਂ ਬਾਹਰ ਹੀ ਰਿਹਾ ਕਰਨਾ, ਕਦੀ ਵੀ ਨਹੀਂ ਵੜਨਾ ਘਰੇ। ਪਰ ਦੁਬਈ ਦੇ ਵਿੱਚ ਜਦੋਂ ਮੈਨੂੰ ਭੇਜਿਆ ਅਤੇ ਦੁਬਈ ਦੇ ਵਿੱਚ ਜਾ ਕੇ ਮੇਰੇ ਕੁਝ ਦੋਸਤਾਂ ਨਾਲ ਮੁਲਾਕਾਤ ਹੋਈ ਜਿਹੜੇ ਮਸੀਹ ਸੀਗੇ, ਉਸ ਜਗ੍ਹਾ ਦੇ ਉੱਤੇ ਪਰਮੇਸ਼ੁਰ ਦੀ ਮੈਂ ਦੁਆ ਕਰਨੀ ਸ਼ੁਰੂ ਕੀਤੀ, ਜਦੋਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, 2.5 ਘੰਟੇ ਵੀ ਤੋਣੇ ਸ਼ੁਰੂ ਕੀਤੇ ਅਤੇ ਮੇਰੀ ਜ਼ਿੰਦਗੀ ਬਦਲ ਗਈ। 2.5 ਘੰਟਿਆਂ ਦੇ ਵਿੱਚ ਪਰਮੇਸ਼ੁਰ ਨੇ ਮੇਰੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ, ਕਹਿੰਦਾ ਤੈਨੂੰ ਅੱਗ ਦੇ ਛੋਲੇ ਬਣਾ ਕੇ ਇੰਡੀਆ 'ਚ ਭੇਜ ਰਿਹਾ, ਵੀ ਤੂੰ ਲੋਕਾਂ ਨੂੰ ਤੰਗ ਕੀਤਾ, ਆਪਣੇ ਪਰਿਵਾਰ ਨੂੰ ਤੰਗ ਕੀਤਾ, ਹੁਣ ਤੇਰੀ ਵਾਰੀ ਆ ਸ਼ੈਤਾਨ ਨੂੰ ਤੰਗ ਕਰਨ ਦੀ। ਅਤੇ ਜਦੋਂ ਮੈਂ ਇੰਡੀਆ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਮੇਰੀ ਮੰਮੀ ਚੰਗੀ ਹੋਈ, ਜਿਹੜੇ ਪਾਗਲ ਹੋ ਗਏ ਸੀਗੇ, ਨਾਣਾ ਬਲੌਕ ਸੀ, ਮੇਰੇ ਮਾਂ ਬਾਪ ਪਰੇਸ਼ਾਨ ਸੀ, ਮੇਰੇ ਮਾਂ ਬਾਪ ਪਰਮੇਸ਼ੁਰ ਨੇ ਬਦਲ ਦਿੱਤੇ, ਮੇਰੇ ਮਾਂ ਬਾਪ ਨੂੰ ਚੰਗਾ ਕੀਤਾ। ਹਾਲੇਲੂਇਆ ਹਾਲੇਲੂਇਆ। ਮੇਰੀ ਮੰਮੀ, ਜਦੋਂ ਮੈਂ ਇੰਡੀਆ ਦੇ ਵਿੱਚ ਆਇਆ, ਮੇਰੀ ਮੰਮੀ ਨੂੰ ਡਰ ਪੈ ਗਿਆ, ਮੇਰੀ ਘਰ ਵਾਲੀ ਨੇ ਬੈਗ ਪੈਕ ਕਰ ਲਿਆ, ਲੈ ਵੀ ਅੱਤਵਾਦੀ ਆ ਗਿਆ ਘਰ ਦੇ ਵਿੱਚ। ਕਹਿੰਦੇ ਘਰ ਦੇ ਵਿੱਚ ਕੀ ਆ ਗਿਆ? ਅੱਤਵਾਦੀ ਆ ਗਿਆ। ਮੈਨੂੰ ਘਰ 'ਚ ਅੱਤਵਾਦੀਆ ਸਮਝ ਆਉਂਦੇ ਕਿਉਂਕਿ ਮੈਂ ਲੜ ਪੈਂਦਾ ਹੁੰਦਾ, ਛਤਰੋ ਜਤਰੀ, ਕਦੀ ਉਹ ਚੀਜ਼ ਚੱਕ ਕੇ ਮਾਰਨੀ, 7-8 ਫੋਨ ਮੈਂ ਵੀ ਤੋੜੇ ਸੀਗੇ ਕੰਧਾਂ 'ਚ ਮਾਰੇ ਸੀ ਲੜ ਕੇ। ਮੈਂ ਰੌਲਾ ਜਿੰਨਾ ਹੁਣ ਪਾਉਂਦਾ ਨਾ, ਸੁਣੋ, ਇਹ ਰੌਲਾ ਮੈਂ ਗਲਤ ਕੰਮ ਲਈ ਇਸਤੇਮਾਲ ਕਰਦਾ ਹੁੰਦਾ। ਜਦੋਂ ਮੈਂ ਲੜਦਾ ਹੁੰਦਾ ਘਰੇ, ਮੈਂ ਉੱਚੀ ਉੱਚੀ ਬੋਲਦਾ ਹੁੰਦਾ ਪਿੰਡ ਨੂੰ ਇਕੱਠਾ ਕਰਨ ਦੇ ਲਈ। ਓਏ ਪਰਮੇਸ਼ੁਰ ਕਹਿੰਦਾ ਤੇਰੀ ਆਵਾਜ਼ ਤੂੰ ਸ਼ੈਤਾਨ ਲਈ ਇਸਤੇਮਾਲ ਕਰਦਾ, ਇਹੀ ਆਵਾਜ਼ ਯਿਸੂ ਮਸੀਹ ਲਈ ਇਸਤੇਮਾਲ ਹੋਊਗੀ। ਸ਼ੈਤਾਨ ਮਰੂਆ ਸਾਡੇ ਹੱਥੋਂ, ਸ਼ੈਤਾਨ ਮਰੂਆ ਸਾਡੇ ਹੱਥੋਂ, ਇਹ ਆਵਾਜ਼ ਪਰਮੇਸ਼ੁਰ ਲਈ ਇਸਤੇਮਾਲ ਹੋ ਰਹੀ ਆ। ਹਾਲੇਲੂਇਆ ਹਾਲੇਲੂਇਆ। ਤੁਸੀਂ ਦੇਖ ਸਕਦੇ ਆ, 1.5 ਘੰਟਾ ਹੋ ਗਿਆ ਮੈਨੂੰ ਬੋਲਦੇ ਨੂੰ ਤੇ ਮੇਰੀ ਆਵਾਜ਼ 'ਚ ਮਾੜਾ ਜਿਹਾ ਵੀ ਫਰਕ ਨਹੀਂ ਪਿਆ ਹੋਊਗਾ, ਕਿਉਂਕਿ ਇਹ ਆਵਾਜ਼ ਪਰਮੇਸ਼ੁਰ ਦੀ ਆ। ਹਾਲੇਲੂਇਆ ਹਾਲੇਲੂਇਆ। ਤੇ ਤੁਸੀਂ 10 ਮਿੰਟ ਹੀ ਬੋਲ ਕੇ ਦਿਖਾਓ, 10 ਮਿੰਟ ਹੀ ਇਦਾਂ ਬੋਲ ਕੇ ਦਿਖਾਓ, ਤੁਹਾਡੀਆਂ ਰਗਾਂ ਨਾਲ ਦੁਖਣ ਲੱਗ ਪਈਆਂ, ਪਾਣੀ ਨਾ ਮੰਗਿਆ ਤੁਸੀਂ, ਤੁਹਾਡਾ ਗਲਾ ਨਾ ਬਹਿ ਗਿਆ, ਤੁਸੀਂ ਮੇਰਾ ਨਾਮ ਮਿਟਾ ਦਿਓ। ਇਹ ਗਲਾ ਸ਼ੈਤਾਨ ਲਈ ਇਸਤੇਮਾਲ ਹੁੰਦਾ ਜੀ, ਮੈਂ ਇੱਦਾਂ ਉੱਚੀ ਉੱਚੀ ਲੜਦਾ ਹੁੰਦਾ, ਗਲਾਂ ਕੱਢਦਾ ਹੁੰਦਾ ਪਿੰਡ ਦੇ ਇਕੱਠੇ ਕਰ ਲਈ। ਉਹ ਯਿਸੂ ਮਸੀਹ ਕਹਿੰਦਾ ਇਹ ਆਵਾਜ਼ ਮੇਰੇ
ਤੇ ਅੱਜ ਇਸੇ ਰੌਲੇ ਨਾਲ ਤੁਸੀਂ ਚੰਗੇ ਹੋ ਰਹੇ ਆ, ਇਸੇ ਰੌਲੇ ਨਾਲ ਤੁਸੀਂ ਅੱਜ ਬਚਾਏ ਜਾ ਰਹੇ ਆ, ਇਸੇ ਸੰਗ ਦੇ ਨਾਲ ਤੁਸੀਂ ਤਰੱਕੀ ਪਾ ਰਹੇ ਹੋ, ਇਸੇ ਗਲੇ ਨਾਲ ਤੁਸੀਂ ਡਬਲ ਆਸ਼ੀਸ਼ ਪਾ ਰਹੇ ਹੋ। ਹਾਲੇਲੂਇਆ 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 ਹਾਲੇਲੂਇਆ। ਫਿਰ ਮੇਰੇ ਮੰਮੀ ਜੀ, ਮੇਰੀ ਘਰਵਾਲੀ ਨੇ ਬੈਗ ਪੈਕ ਕੀਤਾ ਚੱਲੇ, ਮੇਰੇ ਹੁਣ ਤੋਂ ਪਹਿਲਾਂ ਤਿਆਰੀਆਂ। ਫਿਰ ਜਦੋਂ ਮੈਂ ਘਰੇ ਆਇਆ, ਇਹਨਾਂ ਨੂੰ ਵਿਸ਼ਵਾਸ ਹੀ ਨਾ ਹੋਵੇ ਵੀ ਮੈਂ ਬਦਲ ਗਿਆ, ਮੰਨਣ ਹੀ ਨਾ ਮੈਂ ਬਦਲ ਗਿਆ। ਸਾਡੀ ਕਲੀਸੀਆ ਨਾ ਬਦਲੇ, ਉਹ ਵੀ ਨਾ ਮੰਨਣ ਕਲੀਸੀਆ, ਜਿਹੜੀ ਪਿੰਡ ਦੀ ਕਲੀਸੀਆ ਹੱਥ ਖੜੇ ਕਰੋ, ਜਿਹੜੇ ਪਿੰਡ ਦੀ ਕਲੀਸੀਆ ਹੱਥ ਖੜੇ ਕਰੋ, ਜਿਹੜੇ ਪਿੰਡ ਦੇ ਆ। ਇਹ ਵੀ ਨਹੀਂ ਸੀ ਮੰਨਦੇ ਵੀ ਮੈਂ ਬਦਲ ਗਿਆ, ਕਿਉਂਕਿ ਕਈ ਮੇਰੇ ਦੋਸਤ ਸੀ, ਉਹਨਾਂ ਨੂੰ ਮੇਰਾ ਕਰੈਕਟਰ ਪਤਾ ਸੀ ਨਾ ਵੀ ਮੈਂ ਕਿੰਨਾ ਗਲਤ ਸੀਗਾ। ਉਹਨਾਂ ਦਿਲ 'ਚ ਇਹੀ ਸੀਗਾ ਵੀ ਇਹ ਹਾਲੇ ਵੀ ਗਲਤ ਹੀ ਹੋਣਾ, ਵੀ ਇਹ ਹਾਲੇ ਵੀ ਫੋਨਾਂ ਫਾਨਾਂ ਦੇ ਚੱਕਰਾਂ 'ਚ ਫਿਰਦਾ ਹੋਣਾ, ਹਾਲੇ ਵੀ ਇਹ ਗਲਤ ਕੰਮ ਕਰਦਾ ਹੋਣਾ ਵਾ। ਉਹਨਾਂ ਦਿਲਾਂ 'ਚ ਇਹ ਸੀਗਾ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਸੱਚਮੁੱਚ ਹੀ ਇਹ ਬਦਲ ਗਿਆ, ਇਹਦੀ ਜ਼ਿੰਦਗੀ ਯਿਸੂ ਮਸੀਹ ਨੇ ਤਬਦੀਲ ਕਰ ਦਿੱਤੀ ਆ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਮੈਂ ਸਿੱਧਾ ਵਚਨ ਅਤੇ ਸਪਸ਼ਟ ਅਤੇ ਡਾਇਰੈਕਟ ਗੱਲ ਕਰਦਾ ਤਾਂ ਕਿਉਂਕਿ ਮੈਂ ਉਹਨਾਂ ਗੱਲਾਂ ਵਿੱਚੋਂ ਦੀ ਨੰਗਿਆ ਹੋਇਆ ਵਾਂ। ਮੈਂ ਵੀ ਆਪਣੇ ਮਾਂ ਬਾਪ ਨੂੰ ਇੱਦਾਂ ਹੀ ਕਰਦਾ ਹੁੰਦਾ ਸੀਗਾ, ਧੋਖਾ ਦਿੰਦਾ ਹੁੰਦਾ ਸੀਗਾ, ਝੂਠ ਬੋਲ ਕੇ ਚਰਚ 'ਚ ਬੈਠੇ ਬੈਠੇ ਨੇ ਮੈਸੇਜ ਕਰ ਦੇਣਾ, ਇੱਦਾਂ ਕਰ ਦੇਣਾ, ਉਹ ਕਰ ਦੇਣਾ, ਬਾਹਰ ਚੱਲ ਜਾਣਾ, ਇਹ ਹੋ ਜਾਣਾ, ਅਤੇ ਇੱਦਾਂ ਹੀ ਸਾਡੀ ਪਿੰਡ ਦੀ ਕਲੀਸੀਆ ਯਕੀਨ ਨਹੀਂ ਸੀ ਕਰਦੀ। ਅਤੇ ਜਦੋਂ ਯਿਸੂ ਮਸੀਹ ਨੇ ਪਿੰਡ ਦੀ ਕਲੀਸੀਆ ਨੂੰ ਭੜਕਾਇਆ ਵਚਨਾਂ ਦੇ ਦੁਆਰਾ, ਸ਼ਾਂਤੀ ਹੋਏ, ਜਦੋਂ ਚੰਗੀ ਤਰ੍ਹਾਂ ਜਦੋਂ ਨਿੰਮ ਖਵਾਈ ਨਾ ਕੁੱਟ ਕੁੱਟ ਕੇ ਚੰਗੀ ਤਰ੍ਹਾਂ, ਅਤੇ ਜਿਹੜੇ ਸ਼ੈਤਾਨ ਅੰਦਰ ਜ਼ਖਮ ਪਾਉਣ ਡਿਆ ਸੀ ਇਹਨਾਂ ਦੇ ਅੰਦਰ, ਜਿਹੜੇ ਸ਼ੈਤਾਨ ਇਹਨਾਂ ਨੂੰ ਅੰਦਰੋਂ ਫੁੜਕਾ ਮਾਰਨ ਡਿਆ ਹੈਗਾ, ਅਤੇ ਜਦੋਂ ਨਿੰਮ ਅੰਦਰ ਗਈ ਉਹ ਸਾਰੇ ਸੁਸਰੀ ਵਾਂਗੂ ਸੌਂ ਗਏ ਫਿਰ। ਅਤੇ ਅੱਜ ਫਿਰ ਨਾ ਪ੍ਰਭੂ ਦੀ ਕਿਰਪਾ ਦੇ ਨਾਲ ਤੁਰੇ ਹੋਏ ਆ। ਪਾਸਟਰ ਜੀ ਕਿਆ ਬਾਤ ਆ, ਪਰਮੇਸ਼ੁਰ ਨੇ ਤੁਹਾਡੀ ਜ਼ਿੰਦਗੀ ਬਦਲੀ, ਤੁਹਾਡੇ ਦੁਆਰਾ ਸਾਡੀ ਜ਼ਿੰਦਗੀ ਬਦਲ ਦਿੱਤੀ। ਹਾਲੇਲੂਇਆ ਹਾਲੇਲੂਇਆ। ਪ੍ਰਾਰਥਨਾ ਜਦੋਂ ਮੈਂ ਕੀਤੀ, ਪਰਮੇਸ਼ੁਰ ਨਾਲ ਕੀ ਬਿਤਾਇਆ ਮੈਂ, ਸਮਾਂ ਬਿਤਾਇਆ ਦੁਬਈ ਦੇ ਵਿੱਚ। ਮੈਂ 2.5 ਘੰਟੇ ਪ੍ਰਾਰਥਨਾ ਕਰਦਾ ਸੀਗਾ। ਕਿੰਨੇ ਘੰਟੇ? 2.5 ਘੰਟੇ। ਨਹੀਂ ਤਾਂ ਮੇਰੀ ਵੀ ਜ਼ਿੰਦਗੀ ਨਹੀਂ ਸੀ ਬਦਲਣੀ। ਮੈਂ ਜੀ ਚਰਚ 'ਚ ਆਉਂਦਾ ਸੀਗਾ, ਢਾਡੇ ਵਾਂਗੂ ਬਹਿੰਦਾ ਹੁੰਦਾ, ਤਾੜੀਆਂ ਵਜਾਉਂਦਾ ਹੁੰਦਾ ਹੈਗਾ, ਅਤੇ ਮੈਂ ਪਤਰਸ ਦੇ ਮਗਰ ਲਾਪਾਂ ਲਾਉਂਦਾ ਹੁੰਦਾ, ਜੀ ਆ ਕਰਕੇ, ਅਤੇ ਮੈਂ ਬਸ ਚੱਲ ਜਾਣਾ ਗਾ ਕੇ ਚੱਲ ਜਾਣਾ। ਅਤੇ ਪਰ ਯਿਸੂ ਮਸੀਹ ਕਹਿੰਦੇ ਤੈਨੂੰ ਇਸ ਕੰਮ ਲਈ ਨਹੀਂ, ਤੈਨੂੰ ਕਿਸੇ ਹੋਰ ਕੰਮ ਲਈ ਚੁਣਿਆ। ਅਤੇ ਉਹ ਕੰਮ ਪਰਮੇਸ਼ੁਰ ਨੇ ਅੱਜ ਤੁਹਾਡੇ ਸਾਹਮਣੇ ਖੜ੍ਹਾ ਕਰਕੇ ਦਿਖਾਇਆ ਵੀ ਮੈਨੂੰ ਕਿਸ ਕੰਮ ਲਈ ਚੁਣਿਆ ਹੋਇਆ। ਤੋ ਤੁਹਾਡੇ ਸਾਹਮਣੇ ਕੰਮ ਹੋ ਰਹੇ ਆ, ਤੁਹਾਡੇ ਸਾਹਮਣੇ ਰਸੌਲੀਆਂ ਪੱਥਰੀਆਂ ਗੈਬ ਹੋ ਰਹੀਆਂ, ਅਤੇ ਜਿਹੜੇ ਲੋਕ ਪਾਪਾਂ ਵਿੱਚ ਸੀਗੇ, ਜਿਹੜੇ ਮਸੀਹ ਦੇ ਵਿੱਚ ਮਰੇ ਹੋਏ ਸੀਗੇ, ਤੁਹਾਡੇ ਸਾਹਮਣੇ ਉਹ ਜੀ ਉੱਠੇ ਲੋਕ ਆ। ਹਾਲੇਲੂਇਆ ਹਾਲੇਲੂਇਆ। ਮੈਂ ਧੰਨਵਾਦ ਕਰਦਾ ਰੱਬ ਦਾ ਵੀ ਮੈਨੂੰ ਇੱਦਾਂ ਦੇ ਮਾਂ ਬਾਪ ਦਿੱਤੇ ਆ ਵੀ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ, ਪ੍ਰਾਰਥਨਾਵਾਂ ਕੀਤੀਆਂ। ਵੀ ਮਾਂ ਮੇਰੀ ਨੇ ਪ੍ਰਾਰਥਨਾ ਕੀਤੀ, ਕਰਮਾਂ ਵਾਲੀਆਂ ਨੇ ਮਾਵਾਂ ਜਿਹਨਾਂ ਦੇ ਪੁੱਤ ਨਾਮ ਜਪਦੇ, ਕਰਮਾਂ ਵਾਲੀਆਂ ਨੇ ਮਾਵਾਂ ਜਿਹਨਾਂ ਦੇ ਪੁੱਤ ਨਾਮ ਜਪਦੇ। ਉਹ ਇੱਕ ਮੁੰਡਾ ਪ੍ਰਚਾਰ ਕਰਦਾ ਤੇ ਦੂਜਾ ਮੁੰਡਾ ਭਜਨ ਗਾਉਂਦਾ ਪਤਰਸ, ਤੇ ਕਿੰਨੀ ਮਾਂ ਭਾਗਾਂ ਵਾਲੀ ਆ ਵੀ ਦੋਨੇ ਮੁੰਡੇ ਹੀ ਪਰਮੇਸ਼ੁਰ ਲਈ ਇਸਤੇਮਾਲ ਹੋ ਰਹੇ ਆ, ਦੋਨੇ ਮੁੰਡੇ ਹੀ ਪਰਮੇਸ਼ੁਰ ਲਈ ਇਸਤੇਮਾਲ ਹੋ ਰਹੇ ਆ, ਦੋਨੇ ਭਰਾ ਪਰਮੇਸ਼ੁਰ ਲਈ ਇਸਤੇਮਾਲ ਹੋ ਰਹੇ ਆ। ਪਰਮੇਸ਼ੁਰ ਨੇ ਮੈਨੂੰ ਪਰਫੈਕਟ ਫੈਮਿਲੀ ਦਿੱਤੀ ਆ। ਮੇਰੀ ਵਾਈਫ ਵੀ ਪ੍ਰਚਾਰ ਕਰਦੀ, ਮੇਰੇ ਬਾਪ ਵੀ ਪ੍ਰਚਾਰ ਕਰਦਾ, ਮੇਰੀ ਮਾਂ ਵੀ ਪ੍ਰਾਰਥਨਾ ਕਰਦੀ, ਪਤਰਸ ਦੀ ਵਾਈਫ ਵੀ ਦੁਆ ਕਰਦੇ, ਪ੍ਰਾਰਥਨਾ ਕਰਦੇ। ਸਾਡੇ ਪਰਿਵਾਰ 'ਚ ਕੋਈ ਵੀ ਇੱਦਾਂ ਦਾ ਨਹੀਂ ਜਿਹਦਾ ਮੂੰਹ ਔਨ ਹੋਵੇ, ਜਿਹਦਾ ਔਨ ਹੋਵੇ, ਜਿਹਦਾ ਔਨ ਹੋ। ਜਿੱਥੇ ਮੈਂ ਕਹਿੰਦਾ ਖੜ੍ਹ ਜਾਓ ਤਾਂ ਪੂਰਾ ਪਰਿਵਾਰ ਹੀ ਮੇਰੇ ਨਾਲ ਖੜ੍ਹੇ। ਮੇਰੇ ਮਾਂ ਬਾਪ ਮੇਰੇ ਤੋਂ ਕਾਫੀ ਵੱਡੇ ਆ, ਮੈਨੂੰ ਜਨਮ ਦਿੱਤਾ, ਪਰ ਜਿੱਥੇ ਮੈਂ ਕਹਿੰਦਾ ਸਟੈਂਡ ਕਰੋ ਉੱਥੇ ਮੇਰੇ ਮਾਂ ਬਾਪ ਕੀ ਕਰਦੇ ਆ, ਸਟੈਂਡ ਪਹਿਲਾਂ ਨਹੀਂ ਸੀ, ਹੁਣ ਉਹਨਾਂ ਨੂੰ ਪਤਾ ਵੀ ਸਾਡਾ ਮੁੰਡਾ ਸੁਧਰਿਆ ਹੋਇਆ, ਪਰਮੇਸ਼ੁਰ ਦੇ ਨਾਲ ਹੈ, ਇਹ ਨਹੀਂ ਪਰਮੇਸ਼ੁਰ ਦਾ ਆਤਮਾ ਇਹਨੂੰ ਚਲਾਉਂਦਾ। ਅਤੇ ਜਿੱਥੇ ਮੈਂ ਕਹਿੰਦਾ ਉੱਥੇ ਖੜ੍ਹੇ ਹੋ ਜਾਂਦੇ ਆ। ਅਤੇ ਦੇਖੋ ਮੈਨੂੰ ਪਰਮੇਸ਼ੁਰ ਨੇ ਪਤਾ ਸੀ ਜੇ ਮੈਂ ਪ੍ਰਚਾਰਕ ਬਣਾ ਵੀ ਮੈਨੂੰ ਗਾਉਣ ਵਾਲੇ ਦੀ ਵੀ ਜ਼ਰੂਰਤ ਪੈਣੀ, ਤਾਂ ਉਦੋਂ ਪਹਿਲਾਂ ਹੀ ਪਰਮੇਸ਼ੁਰ ਨੇ ਮੇਰੇ ਭਰਾ ਪਤਰਸ ਨੂੰ ਤਿਆਰ ਕੀਤਾ ਵੀ ਤੈਨੂੰ ਗਾਉਣ ਦੇ ਬਾਹਰੋਂ ਸੱਦਣ ਦੀ ਲੋੜ ਨਹੀਂ, ਆਪਣਾ ਹੀ ਗਵਾਈਆ ਹੋਊਗਾ ਤੁਹਾਡਾ, ਪਰਮੇਸ਼ੁਰ ਦੇ ਲਈ ਮਹਿਮਾ ਕਰੂੰਗੇ, ਪਰਮੇਸ਼ੁਰ ਦੇ ਲਈ ਮਹਿਮਾ ਕਰੂੰਗੇ। ਹਾਲੇਲੂਇਆ ਹਾਲੇਲੂਇਆ। ਮੇਰੀ ਫੈਮਿਲੀ ਦੇ ਵਿੱਚੋਂ ਹੀ ਆ ਜਿਹੜੇ ਕੈਮਰਾਮੈਨ ਦੇਖ ਰਹੇ ਆ, ਸਾਊਂਡ ਚਲਾ ਰਹੇ ਆ, ਇਹ ਮੇਰੇ ਚਾਚਿਆਂ ਦੇ ਲੜਕੇ ਆ। ਮੈਨੂੰ ਬਾਹਰੋਂ ਵੀ ਕੈਮਰੇ ਵਾਲੇ ਸੱਦਣ ਦੀ ਲੋੜ ਨਹੀਂ, ਸਾਊਂਡ ਵਾਲੇ ਨੂੰ ਸੱਦਣ ਦੀ ਲੋੜ ਨਹੀਂ ਆ, ਪੂਰਾ ਪਰਿਵਾਰ ਹੀ ਸਾਡਾ ਮਸੀਹ ਦੇ ਵਿੱਚ ਆ। ਜਿਹੜਾ ਪੈਂਟ ਵਜਾਉਂਦਾ ਉਹ ਵੀ ਮੇਰੇ ਚਾਚਾ ਜੀ ਦਾ ਲੜਕਾ, ਜਿਹੜਾ ਗਿਟਾਰ ਵਜਾਉਂਦਾ ਉਹ ਵੀ ਮੇਰੇ ਚਾਚਾ ਜੀ ਦਾ, ਸਾਰੀ ਫੈਮਿਲੀ। ਹੁਣ ਕਿਤੇ ਇਹ ਨਾ ਸਮਝੋ ਵੀ ਪਾਸਟਰ ਨੇ ਪੂਰੇ ਪਰਿਵਾਰ ਨੂੰ ਮੂਹਰੇ ਕੀਤਾ ਹੋਇਆ, ਇਹ ਪਰਮੇਸ਼ੁਰ ਨੇ ਇਹਨਾਂ ਨੂੰ ਚੁਣਿਆ ਹੋਇਆ ਸੀ ਮਨਿਸਟਰੀ ਨੂੰ ਅੱਗੇ ਲਿਜਾਣ ਲਈ। ਹਾਲੇਲੂਇਆ। ਅਤੇ ਤੁਹਾਨੂੰ ਪਰਮੇਸ਼ੁਰ ਨੇ ਮੇਰੇ ਕੋਲ ਇਸ ਲਈ ਲੈ ਕੇ ਆਉਂਦਾ ਵਾ ਵੀ ਤੁਹਾਨੂੰ ਪਰਮੇਸ਼ੁਰ ਨੇ ਇਸ ਲਈ ਚੁਣਿਆ ਵਾ ਵੀ ਬਿਲਡਿੰਗ ਨੂੰ ਖੜੀ ਕਰਨ ਲਈ ਪਿੱਲਰਾਂ ਦੀ ਲੋੜ ਆ। ਤੁਸੀਂ ਪਿੱਲਰ ਆ, ਪਿੱਲਰ ਬਿਲਡਿੰਗ ਨੂੰ ਉੱਪਰ ਲਿਜਾਣ ਲਈ, ਤੁਸੀਂ ਥੰਮ ਹੋ ਇਸ ਕਲੀਸੀਆ ਲਈ, ਥੰਮ ਬਣ ਕੇ ਇਸਤੇਮਾਲ ਕਰਨਾ ਪਰਮੇਸ਼ੁਰ ਤੁਹਾਨੂੰ। ਹਾਲੇਲੂਇਆ ਹਾਲੇਲੂਇਆ। ਜਦੋਂ ਤੁਸੀਂ ਅੱਜ ਤੋਂ ਹੀ 2.5 ਘੰਟੇ ਪ੍ਰਾਰਥਨਾ ਕਰੋਗੇ ਤੇ ਤੁਹਾਡੀ ਵੀ ਜ਼ਿੰਦਗੀ ਮੇਰੇ ਵਾਂਗੂ ਬਦਲ ਜਾਊਗੀ। ਯਿਸੂ ਦੇ ਸਮਰਥੇ ਨਾਮ ਮੈਂ ਆਮੇਨ। ਸਮਾਂ ਦੇਣਾ ਪਰਮੇਸ਼ੁਰ ਨੂੰ, ਇੰਨਾ ਸਮਾਂ ਮੈਂ ਆਪਣੀ ਵਾਈਫ ਦੇ ਨਾਲ ਨਹੀਂ ਬਿਤਾਉਂਦਾ,
ਜਿੰਨਾ ਸਮਾਂ ਮੈਂ ਪਰਮੇਸ਼ਵਰ ਦੇ ਨਾਲ ਬਿਤਾਉਣਾ। ਹਾਲੇਲੂਇਆ 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 ਹਾਲੇਲੂਇਆ। ਇਸ ਲਈ ਮੇਰੇ ਭੈਣੋ ਤੇ ਭਰਾਵੋ, ਅੱਜ ਵੱਧ ਤੋਂ ਵੱਧ ਸਮਾਂ ਕਿਹਦੇ ਨਾਲ ਬਿਤਾਉਣਾ ਵਾ? ਪਰਮੇਸ਼ਵਰ ਦੇ ਨਾਲ। ਬਲਵਿੰਦਰ ਜੀ ਮੈਨੂੰ ਗਵਾਹੀ ਦੇ ਰਹੇ ਸੀਗੇ, ਕਹਿੰਦੇ ਸਾਡੇ ਲਾਗੇ ਹਵੇਲੀ ਦੇ ਵਿੱਚ ਮੈਂ ਚੱਲਾ ਸੌਣ, ਉੱਥੇ ਡੀਜੇ ਚੱਲੇ, ਕਹਿੰਦੇ ਹਵੇਲੀ 'ਚ ਮੇਰਾ ਦਵਾ ਦਾ ਟਾਈਮ। ਕਹਿੰਦਾ ਜਦੋਂ ਮੈਂ ਦੇਖਿਆ ਵੀ ਦਵਾ ਤਾਂ ਹੋਣੀ ਨਹੀਂ ਆ, ਡੀਜੇ ਚੱਲਦਾ। ਕਹਿੰਦਾ ਜੀ ਮੈਂ ਆਪਣੀ ਗੱਡੀ ਚੱਕੀ, ਗੱਡੀ ਦੇ ਸ਼ੀਸ਼ੇ ਚਾੜੇ, ਮੈਂ ਪਿੰਡ ਤੋਂ ਬਾਹਰ ਲਿਆ ਕੇ, ਮਹੱਲੇ ਤੋਂ ਬਾਹਰ ਲਿਆ ਕੇ ਖੜੀ ਹੋ ਕੇ ਗੱਡੀ ਖੜੀ ਕਰ ਲਈ ਯਾਰਡ 'ਚ, 2.5 ਘੰਟੇ ਦੁਆ ਕਰਕੇ ਆਇਆ ਬੈਠ ਕੇ। ਕਿਉਂਕਿ ਜਿਹੜੇ ਬੰਦੇ ਨੇ ਸੋਚਿਆ ਮਨ 'ਚ ਵੀ ਦੁਆ ਕਰਨੀ ਹੀ ਕਰਨੀ ਆ, ਉਹਨੂੰ ਕੋਈ ਵੀ ਸ਼ੈਤਾਨ ਦੀ ਤਾਕਤ ਰੋਕ ਨਹੀਂ ਸਕਦੀ। ਹਾਲੇਲੂਇਆ 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 ਹਾਲੇਲੂਇਆ। ਤੇ ਸ਼ੈਤਾਨ ਤੋਂ ਮਾਰ ਨਹੀਂ ਖਾਣੀ, ਸ਼ੈਤਾਨ ਨੂੰ ਮਾਰਨਾ। ਬੋਲੋ ਭਾਈਓ, ਮਾਰਨਾ ਵਾ। ਜਦੋਂ ਪਰਸਨਲ ਸਮਾਂ ਕਿਹਦੇ ਨਾਲ ਬਿਤਾਉਣਾ ਵਾ? ਪਰਮੇਸ਼ਵਰ ਦੇ ਨਾਲ। ਜਦੋਂ ਯਿਸੂ ਮਸੀਹ ਨਾਲ ਸਮਾਂ ਬਿਤਾਉਂਗੇ ਤਾਂ ਕੀ ਹੋ ਜਾਓਗੇ? ਪ੍ਰੈਗਨੈਂਟ ਹੋ ਜਾਓਗੇ, ਆਸ਼ੀਸ਼ ਮਿਲੂਗੀ, ਬੱਚੇ ਪੈਦਾ ਹੋਣਗੇ, ਆਤਮਿਕ ਬੱਚੇ। ਜਿੱਦਾਂ ਹੁਣ ਇਹ ਆਤਮਿਕ ਬੱਚੇ ਪੈਦਾ ਹੋ ਰਹੇ ਆ। ਹਾਲੇਲੂਇਆ ਹਾਲੇਲੂਇਆ, ਮੇਰੇ ਨਹੀਂ ਯਿਸੂ ਮਸੀਹ ਦੇ। ਹਾਲੇਲੂਇਆ 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 ਹਾਲੇਲੂਇਆ। ਇਸ ਲਈ ਅੱਜ ਤੋਂ ਹੀ ਕੀ ਕਰਨੀ ਹੈ? ਪਰਸਨਲ ਪ੍ਰਾਰਥਨਾ। ਕੀ ਕਰਨੀ? ਪਰਸਨਲ ਪ੍ਰਾਰਥਨਾ। ਉਹਨਾਂ ਲਈ ਤਾਂ ਔਖਾ ਹੋ ਜਾਣਾ ਜਿਹੜੇ ਪਰਸਨਲ ਦੁਆ ਨਹੀਂ ਕਰਦੇ, ਫੋਨ ਨੂੰ ਟਾਈਮ ਕੱਢਦੇ ਆ। ਇਸ ਲਈ ਮੇਰੇ ਭੈਣੋ ਤੇ ਭਰਾਵੋ, ਅੱਜ ਮੈਂ ਤੁਹਾਨੂੰ ਇੱਕੋ ਚੀਜ਼ ਦੱਸਣਾ ਚਾਹੁੰਦਾ ਵਾਂ, ਵਿਸ਼ਵਾਸੀ ਜੇ ਜਿੱਤਣਾ ਚਾਹੁੰਦਾ ਵਾ, ਜੇ ਵਿਸ਼ਵਾਸੀ ਅੱਗੇ ਵਧਣਾ ਚਾਹੁੰਦਾ ਵਾ, ਤੇ ਤੁਹਾਨੂੰ 2.5 ਘੰਟੇ ਪਰਮੇਸ਼ਰ ਨਾਲ ਬਿਤਾਉਣੇ ਪੈਣੇ, ਅਲੱਗ ਹੋ ਕੇ ਸਮਾਂ ਬਿਤਾਉਣਾ ਪੈਣਾ ਪਰਮੇਸ਼ਰ ਦੇ ਨਾਲ। ਪਰਸਨਲ ਰੂਮ ਦੇ ਵਿੱਚ ਬੈਠ ਕੇ, ਜੇ ਘਰ ਦੇ ਵਿੱਚ ਜਗ੍ਹਾ ਥੋੜ੍ਹੀ ਆ, ਬਹੁਤਾ ਜਾੜ ਆ, ਇੱਧਰ ਖੂਹਾਂ ਦੇ ਜੰਗਲਾਂ 'ਚ ਬੈਠ ਕੇ ਦੁਆ ਕਰੋ, ਪਰਮੇਸ਼ਰ ਦੀ ਮਸੀ ਕਰੋ, ਮਹਿਮਾ ਕਰੋ, ਤਾਂ ਦੇਖੋ ਤੁਹਾਡੇ ਪਰਿਵਾਰ ਬਦਲ ਲਊਗਾ। ਅੱਜ ਲੋਹੇ ਨਾਲ ਮੱਥਾ ਮਾਰਦਿਆਂ ਨੌਜਵਾਨ 2 ਘੰਟੇ 1.5 ਘੰਟਾ ਜਿਮ ਚਲਾ ਕੇ ਆਉਂਦੇ ਡੋਲੇ ਬਣਾਉਣ ਲਈ, ਜੇ ਉਹੀ 1.5 ਘੰਟਾ ਪ੍ਰਭੂ ਦੇ ਨਾਲ ਸਮਾਂ ਬਿਤਾਲੋ, ਆਤਮਕ ਡੋਲੇ ਬਣਨਗੇ। ਕਿਹੜੇ ਡੋਲੇ? ਉੱਥੇ ਲੋਹੇ ਨਾਲ ਮੱਥਾ ਮਾਰਦਿਆਂ ਕਈ ਵਾਰੀ ਲੱਕ ਨੂੰ ਖਿੱਚ ਪਵਾਲੀ, ਚੁੱਕ ਪੈ ਗਈ ਲੱਕ ਨੂੰ, ਡੋਲਿਆਂ ਦਾ ਮਾਸ ਫਟ ਗਿਆ, ਛਾਤੀ ਦਾ ਮਾਸ ਫਟ ਗਿਆ, ਵੀ ਆਹ ਕਰਦਿਆਂ ਕਰਦਾ ਜੀ ਮੋਢਾ ਉੱਤਰ ਗਿਆ। ਉਹ ਕੀ ਫਾਇਦਾ ਇਹੋ ਜਿਹੀ ਮਿਹਨਤ ਮਾਰਨ ਦਾ ਜਿਹਦਾ ਕੋਈ ਫਲ ਨਹੀਂ ਮਿਲਣਾ? ਆਤਮਕ ਮਿਹਨਤ ਕਰੋ, ਪ੍ਰਾਰਥਨਾ ਕਰੋ 2.5 ਘੰਟੇ, ਜਿਹਦਾ ਆਤਮਕ ਫਲ ਅਤੇ ਸਰੀਰਕ ਫਲ ਦੋਨੇ ਹੀ ਮਿਲਣੇ ਆ। ਪਰਮੇਸ਼ਵਰ ਤੁਹਾਨੂੰ ਤਰੱਕੀਆਂ 'ਤੇ ਬਚਾਊਗਾ, ਤੁਹਾਡੇ ਹਾਲਾਤਾਂ ਨੂੰ ਬਦਲੂਗਾ, ਆਤਮਿਕ ਲੈਵਲ ਨੂੰ ਬਦਲੂਗਾ ਪਰਮੇਸ਼ਵਰ। ਹਾਲੇਲੂਇਆ ਹਾਲੇਲੂਇਆ। ਆਪਣੀ ਅੱਖਾਂ ਨੂੰ ਬੰਦ ਕਰੋ, ਹੱਥਾਂ ਨੂੰ ਸਮਾਨ ਦੇ ਵਿੱਚ ਉਠਾਓ, ਦੁਆ ਕਰੋ ਪਰਮੇਸ਼ਵਰ ਸਾਨੂੰ ਪ੍ਰਾਰਥਨਾ ਕਰਨ ਦਾ ਸਮਾਂ ਦੇ, ਵੀ ਅਸੀਂ ਇਕਾਂਤ ਵਿੱਚ ਜਾ ਕੇ ਇਕੱਲੇ ਬੈਠ ਕੇ ਦੁਆ ਕਰ ਸਕੀਏ, ਤੇਰੇ ਨਾਲ ਸਮਾਂ ਬਿਤਾ ਸਕੀਏ। ਉੱਚੀ ਆਵਾਜ਼ ਨਾਲ ਅੱਜ ਤੋਂ ਹੀ ਪਾਸਟਰ ਦੇ, ਯਕੀਨ ਨਹੀਂ ਮੈਂ ਪਹਿਲਾਂ ਦੱਸ ਰਿਹਾ, ਮੇਰੇ ਹੱਥ ਰੱਖਣ ਨਾਲ ਚੰਗੇ ਨਾ, 2.5 ਘੰਟੇ ਜਾ ਕੇ ਦੁਆ ਕਰੋ ਇਕੱਲੇ ਬੈਠ ਕੇ, ਵੀ ਜਿਹੜਾ ਬੈਠ ਕੇ ਸੋਚੀ ਜਾਂਦੇ ਰਹਿੰਦੇ ਸੋਚਾਂ ਦੇ ਵਿੱਚ ਨੰਘਾਉਂਦੇ ਆ, ਉਹ ਸਮਾਂ ਪਰਮੇਸ਼ਵਰ ਨਾਲ ਨੰਘਾਓ, ਪਰਮੇਸ਼ਵਰ ਨਾਲ ਬਿਤਾਓ। ਉੱਚੀ ਆਵਾਜ਼ ਨਾਲ ਦੁਆ ਕਰੋ, ਉੱਚੀ ਆਵਾਜ਼ ਦੇ ਨਾਲ